बीएड टेंट पास अध्यापकों वालों मोरिंडा दे विच मुख मंत्री चरणजीत सिंह चन्नी दी रिहायश दे बाहर रोस धरना दिता गया। अध्यापकों वालों 9000 पोस्टा का इश्तिहार जारी करन दी मंग कीती जा रही है। प्रदर्शन करन वाले अध्यापकों ने कहा कि उन्हां दी सिख्या मंत्री प्रगट सिंह नाल होई मीटिंग विच भी कोई हल नहीं निकल सकिया, जबकि इस तो पहला रहे सिख्या मंत्री विजय इंदर सिंगला ने भी उन्हां दीआं मंगां नहीं मनियां, जिस दे चलदे ओह हुण दूजी वार मुख मंत्री चरणजीत सिंह चन्नी दी रिहायश ते प्रदर्शन करन लई आए सन। की ए पूरा मामला आउट हुण दिखाने आ। हाँ जी मैम, की मंगा नूं लैके तुसीं अज बैठे हो इत्थे? सर साडियां मंगा SST हिंदी पंजाबी दीआं पोस्टां दीआं मंगा आईआं, जिन्हां दा असीं हुण नोटिफिकेशन ही जारी करवाउणा, क्योंकि सबर करदिआं नूं ते इन्हां दे मूंह कन्नी देखदिआं नूं सानूं पूरे 4.5 साल हो चुके आ। सानूं हर वारी मीटिंग मिलदी आ। पिछली बार जदों 5 तरीक नूं साडा इत्थे प्रोटेस्ट सीगा चन्नी दे गुंडिआं राहीं, इन्हां ने साडा धरना चकाया, उदों असीं SDM साहब अते मीडिया वालिआं दे कहिण ते इत्थों धरना चक्किआ सी, क्योंकि सानूं लगदा सी चलो नवां मुख मंत्री आ, सानूं टाइम देणा चाहीदा। पर इन्हां दीआं उह दोनों मीटिंगां ही फेल गईआं, ना तां इन्हां ने 8 तरीक नूं कीती है मीटिंग जिहड़ी दे के भेजा सी SDM साहब ने, फिर उह मीटिंग 14 नूं होई जिहड़ी कि बेसिट्टा रही। मतलब इह साडे कोल टाइम मंग लैंदे आ, सानूं तोड़ दिंदे आ। सर साडे कोल हुण टाइम है नहीं, क्योंकि साडे बहुते साथी ओवरेज हो चुके आ। बाकी जदों चोण जाबता लग गया तां साडी पोस्टां दी मंग वैसे ही खत्म हो जाणी आ, ते उदों नूं साडे साथी आउंदे 4 सालां नूं साडे साथी ओवरेज हो जाणगे, जिहदे करके अज असीं इह सोच के आए आ कि असीं इत्थों डट के बहि के आपदा नोटिफिकेशन जारी करा के रहांगे, क्योंकि साडा इक साथी मनीष फाजिलका पिछले 2 महीनों तो टैंकी के उत्ते चढ़िया होया, तो सानूं उहदा भी फिकर है, क्योंकि वह भी आपके माँ प्यो का पुत आ। तो असीं चाहुंदे आ कि जल्दी तो जल्दी साडियां SST हिंदी पंजाबी दीआं पोस्टां दा नोटिफिकेशन जारी किया जाए, तो असीं आपकी तैयारी करके आपदियां नौकरियां प्राप्त कर सकें। ਮੰਗਾਂ ਨੂੰ ਲੈ ਕੇ ਦੁਆਰਾ ਤੁਸੀਂ ਅੱਜ ਇੱਥੇ ਆਇਓ? ਅਸੀਂ 3 ਅਕਤੂਬਰ ਤੋਂ 5 ਅਕਤੂਬਰ ਤੱਕ ਟੈਟ ਪਾਸ ਬੇਰੁਜ਼ਗਾਰ ਬੀਏਡ ਅਧਿਆਪਕ ਯੂਨੀਅਨ ਵੱਲੋਂ ਇੱਥੇ ਮੋਰਚਾ ਲਾ ਕੇ ਰੱਖਿਆ ਸੀ। ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ 8 ਤਰੀਕ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਵਾਈ ਜਾਊਗੀ, ਪਰੰਤੂ 12 ਤਰੀਕ ਨੂੰ ਸਿੱਖਿਆ ਮੰਤਰੀ ਦੇ ਨਾਲ ਕਰਵਾਈ ਗਈ ਹੈ, ਜਿਹੜੀ ਮੀਟਿੰਗ ਦੇ ਵਿੱਚ ਉਹ ਫਿਰ ਪਿਛਲੇ ਮੁੱਖ ਮੰਤਰੀ ਪਿਛਲੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਵਾਂਗ ਲਾਰਾ ਦਿੱਤਾ ਗਿਆ। ਅਜੇ ਤੱਕ ਕੋਈ ਰੁਜ਼ਗਾਰ ਨਹੀਂ ਦਿੱਤਾ ਗਿਆ, ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਭਰੋਸਾ ਦਿੱਤਾ ਗਿਆ ਸੀਗਾ ਕਿ ਜਲਦੀ ਤੁਹਾਡਾ ਇਸ਼ਤਿਹਾਰ ਜਾਰੀ ਕੀਤਾ ਜਾਊ, ਪਰੰਤੂ ਅੱਜ ਫਿਰ ਅਸੀਂ 17 ਤਰੀਕ ਛੱਡੇ ਹਾਂ। ਅਜੇ ਤੱਕ ਫਿਰ ਸਰਕਾਰ ਲਾਰਿਆਂ 'ਤੇ ਅੜੀ ਹੋਈ ਹੈ। ਸਾਡੀ ਮੰਗ ਹੈ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਮਾਸਟਰ ਕਾਡਰ ਦੀਆਂ ਸਾਰੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਘੱਟੋ ਘੱਟ 9000 SST ਹਿੰਦੀ ਪੰਜਾਬੀ ਦੀਆਂ, ਜਿਹਦੇ ਵਿੱਚੋਂ 19000 ਦੇ ਕਰੀਬ ਟੈਟ ਪਾਸ ਬੇਰੁਜ਼ਗਾਰ ਬੀਏਡ ਅਧਿਆਪਕ ਹੈ, ਜਿਹੜੇ ਰਾਈਟ ਟੂ ਐਜੂਕੇਸ਼ਨ ਐਕਟ ਦੇ ਅਨੁਸਾਰ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਆ। ਇਸ ਤੋਂ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਨੇ। ਸਰਕਾਰ ਪਿਛਲੇ ਕੈਪਟਨ ਅਮਰਿੰਦਰ ਸਿੰਘ ਵਾਂਗ, ਵਿਜੇਂਦਰ ਸਿੰਗਲਾ ਵਾਂਗ, ਸਿੱਖਿਆ ਮੰਤਰੀ ਹੋਣ ਵਾਲੇ ਪ੍ਰਗਟ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਸਾਨੂੰ ਰੁਜ਼ਗਾਰ ਦੇਣ ਤੋਂ ਭੱਜ ਰਿਹਾ। ਸਰਕਾਰੀ ਸਕੂਲਾਂ ਦੀ ਬਦਤਰ ਹਾਲਤ ਨੂੰ ਵੇਖਦੇ ਹੋਏ ਵੀ ਨੌਕਰੀ ਨਹੀਂ ਦਿੱਤੀ ਜਾ ਰਹੀ, ਭਰਤੀ ਨਹੀਂ ਕੀਤਾ ਜਾ ਰਿਹਾ। ਇਸ ਮੰਗ ਨੂੰ ਲੈ ਕੇ ਅੱਜ ਫਿਰ ਅਸੀਂ ਇੱਥੇ ਆਪਣੇ ਰੁਜ਼ਗਾਰ ਲਏ ਨੇ, ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਵਿਖੇ ਪਹੁੰਚੇ ਹਾਂ ਜੀ। ਕੀ ਇਹ ਮੋਰਚਾ ਕਦੋਂ ਤੱਕ ਚੱਲੇਗਾ? ਸਾਡੀ ਮੰਗ ਹੈ ਕਿ ਮੁੱਖ ਮੰਤਰੀ ਬੈਠ ਕੇ ਜਲਦੀ ਤੋਂ ਜਲਦੀ ਭਰਤੀ ਸੰਬੰਧੀ ਐਲਾਨ ਕਰਨ ਕਿ ਇਹਨਾਂ ਅਧਿਆਪਕਾਂ ਨੂੰ ਕਦੋਂ ਨੌਕਰੀਆਂ, ਕਿੰਨੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਪਰੰਤੂ ਟਾਲਾ ਵੱਟਿਆ ਜਾ ਰਿਹਾ। ਪਹਿਲਾਂ ਵੀ ਮੀਟਿੰਗਾਂ ਦਾ ਦੌਰ 24 ਤਰੀਕ ਦੀ ਮੀਟਿੰਗ ਹੋ ਕੇ ਹਟੀ ਹੈ, 28 ਤਰੀਕ ਨੂੰ ਮੀਟਿੰਗ ਨਹੀਂ ਕੀਤੀ ਗਈ, ਰੱਦ ਕਰ ਦਿੱਤੀ ਗਈ, 5 ਤਰੀਕ ਨੂੰ ਮੀਟਿੰਗ ਹੋਈ, 12 ਨੂੰ ਹੋਈ, ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ, ਪਰੰਤੂ ਬੇਰੁਜ਼ਗਾਰਾਂ ਦਾ ਹੱਲ ਨਹੀਂ ਹੋ ਰਿਹਾ। ਇਸ ਮੰਗ ਨੂੰ ਲੈ ਕੇ ਕਿ ਅਸੀਂ ਉਦੋਂ ਤੱਕ ਇੱਥੇ ਡਟੇ ਰਹਾਂਗੇ ਜਦੋਂ ਤੱਕ ਇਹਨਾਂ ਦੀ ਭਰਤੀ ਸੰਬੰਧੀ ਐਲਾਨ ਨਹੀਂ ਕੀਤਾ ਜਾਂਦਾ। ਵਰਲਡ ਫੇਮਸ ਬਾਬਾ ਸਲੀਮ ਖਾਨ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਵੇਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟਸ, ਓਪਨ ਚੈਲੰਜ, ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਹੱਲ ਫੋਨ ਤੇ ਹੀ ਘਰ ਬੈਠੇ ਕਰਵਾਓ। ਵਸ਼ੀਕਰਨ ਅਤੇ ਮੁਟਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਗਾਰੰਟੀ, ਅਸਟਾਮ ਪੇਪਰਸ ਮੇ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ, ਕਾਰੋਬਾਰ ਦੇ ਵਿੱਚ ਪਰੇਸ਼ਾਨੀ, ਘਰ 'ਚ ਝਗੜਾ, ਕਾਟੋ ਕਲੇਸ਼, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਦੇ ਵਿੱਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਫਿਰ ਤੁੜਵਾਓ, ਰੁੱਸੇ ਨੂੰ ਮਨਾਉਣਾ, ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 118 95 590।